ਲਵ ਜੀ, ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਸਭ ਤੋਂ ਪਹਿਲਾਂ ਤਾਂ ਇਹ ਗੱਲ ਹੈ ਕਿ ਆਪਣੀ ਜ਼ੁਬਾਨ ਕੋਈ ਗੰਦਾ ਨਾ ਕਰੇ। ਵਾਹਿਗੁਰੂ ਮਾਲਕ ਆ ਸਾਰਿਆਂ ਦਾ, ਅਤੇ ਗਿਣੇ ਕਿੰਨੀ ਰੋਟੀ ਖਾਣੀ ਹੈ ਵੀ ਪਰਮਾਤਮਾ ਨੇ ਸਭ ਲਈ ਲਿਖਿਆ। ਸੋ ਆਪਾਂ ਕੌਣ ਹੁੰਦੇ ਹਾਂ ਕਿਸੇ ਨੂੰ ਕੁਛ ਚੰਗਾ ਮਾੜਾ ਬੋਲਣ ਵਾਲੇ। ਵਾਹਿਗੁਰੂ ਦੇ ਹੱਥ ਡੋਰ ਆ, ਅਤੇ ਜਿੱਥੇ ਤੱਕ ਪਹੁੰਚਿਆ ਉਹ ਵੀ ਬਾਬਾ ਲੈ ਗਿਆ, ਅਤੇ ਜਿੱਥੇ ਤੱਕ ਜਾਵਾਂਗੇ ਬਾਬਾ ਲੈ ਕੇ ਆਊਗਾ। ਕੱਲ੍ਹ ਨੂੰ ਜੇ ਕੀੜੇ ਨੂੰ ਚੱਕ ਕੇ ਪਰਮਾਤਮਾ ਟੇਬਲ 'ਤੇ ਰੱਖ ਦੇ, ਅਤੇ ਉੱਤੋਂ ਕੀੜਾ ਉੱਠ ਕੇ ਕਹੇ ਕਿ ਲੈ ਬਈ ਆਪਾਂ ਕਿਹੜੇ ਟੇਬਲ 'ਤੇ ਪਹੁੰਚ ਗਏ, ਅਤੇ ਕੀੜੇ ਦੀ ਨਾਦਾਨੀ ਆ। ਸੋ ਜਿੱਥੇ ਤੱਕ ਪਹੁੰਚਿਆ ਵਾਹਿਗੁਰੂ ਦੀ ਮਿਹਰ, ਅੱਗੇ ਜਿੱਥੇ ਜਾਵਾਂਗੇ ਵਾਹਿਗੁਰੂ ਦੀ ਮਿਹਰ, ਨਹੀਂ ਜਾਵਾਂਗੇ ਨਹੀਂ ਜਾਵਾਂਗੇ, ਪਰਮਾਤਮਾ ਦੇ ਪਹਿਲੇ ਦਿਨ ਤੋਂ ਡੋਰ ਆ। ਸੋ ਕੋਈ ਆਪਦੀ ਸ਼ਬਦਾਵਲੀ ਆਪਦੀ ਭਾਸ਼ਾ ਨੂੰ ਚੰਗਾ ਬੜਾ ਨਾ ਕਹੇ। ਮੇਰੇ ਵੱਲੋਂ ਜਿੰਨੇ ਮੇਰੇ ਫੈਨ ਨੇ ਸਾਰਿਆਂ ਨੂੰ ਇੱਕੋ ਬੇਨਤੀ ਕਰਦਾ ਕਿ ਸਾਰਿਆਂ ਦੀ ਸੁੱਖ ਮੰਗੋ ਜੀ, ਅਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਸਭ ਦਾ ਭਲਾ ਮੰਗੋ, ਸਭ ਦਾ ਚੰਗਾ ਮੰਨੋ, ਪਰਮਾਤਮਾ ਕਰੇ ਸਾਰੇ ਖੁਸ਼ ਰਹਿਣ, ਅਤੇ ਆਪਾਂ ਕਿਸੇ ਨੂੰ ਕੁਛ ਮਾੜਾ ਨਹੀਂ ਕਹਿਣਾ। ਸਾਰਿਆਂ ਦੇ ਸੁਪਨੇ ਪੂਰੇ ਹੋਣ ਜੀ। ਮੇਰਾ ਦੋਸਤ, ਮੇਰਾ ਅਜ਼ੀਜ਼, ਮੇਰੀ ਜਿੰਦ ਜਾਨ ਆਸਮਾਨ ਸਿੰਘ ਧਾਲੀਵਾਲ, ਤੁਹਾਨੂੰ ਸਭ ਨੂੰ ਪਤਾ ਉਹਦੇ ਬੇਟਾ ਹੋਇਆ ਜੀ, ਅਤੇ ਮੈਂ ਉਹਦੇ ਘਰ ਆਵਾਂ ਰੋਟੀ ਖਾਣ ਲਈ, ਅਤੇ ਮੈਨੂੰ ਬਹੁਤ ਖੁਸ਼ੀ ਆ ਉਹਦੇ ਬੇਟੇ ਨੂੰ ਵੇਖ ਕੇ। ਮੈਨੂੰ ਐਂ ਫੀਲ ਹੁੰਦਾ ਜਿਵੇਂ ਮੇਰੇ ਘਰ ਪੁੱਤ ਹੋਇਆ ਹੋਵੇ। ਸੋ ਸਾਰਿਆਂ ਨੂੰ ਮੁਬਾਰਕਾਂ, ਮੇਰੇ ਫੈਨਸ ਨੂੰ, ਮੇਰੀ ਫੈਮਿਲੀ ਨੂੰ ਮੁਬਾਰਕਾਂ। ਤੁਸੀਂ ਸਾਰੇ ਵੀ ਮੇਰੇ ਪਰਿਵਾਰ ਦਾ ਹਿੱਸਾ ਹੋ, ਅਤੇ ਬਹੁਤ ਬਹੁਤ ਮੁਬਾਰਕਾਂ ਜੀ। ਆਪਣੇ ਘਰ ਖੁਸ਼ੀ ਦੀ ਘੜੀ ਹੈ, ਆਪਣੇ ਘਰ ਪਰਮਾਤਮਾ ਨੇ ਬੱਚੇ ਦੀ ਦਾਤ ਬਖਸ਼ੀ ਆ। ਸੋ ਆਪਾਂ ਇਸ ਖੁਸ਼ੀ 'ਚ ਸ਼ਰੀਕ ਹੋਈਏ। ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਵਿਸ਼ੇਸ਼ ਦੁਆਵਾਂ, ਅਤੇ ਇੰਜੋਏ ਕਰੋ ਇਸ ਚੀਜ਼ ਨੂੰ। ਬਾਕੀ